ਔਰਗੈਨਿਕ ਖਾਦ ਦਾ ਫਾਇਦਾ ਇਹ ਦੇਖਦੇ ਹੋ, ਫਸਲ ਮਿਰਚਾਂ ਲੱਗੀਆਂ, ਇੱਕ ਇਹ ਮੈਂ ਤਾਂ ਲਾਗੇ ਕਰਕੇ ਦਿਖਾਉਂਦਾ, ਇੱਕ ਦੇ ਇਹ ਲਾਈ ਬੈੱਡਾਂ ਦੇ, ਇਹ ਬੈੱਡ ਦੇਖਦੇ ਹੁਣ ਬਣੇ ਹੋਏ, ਦੇਖ ਲਓ ਮਿਰਚਾਂ ਹਰ ਰੋਜ਼ ਤੋੜਦੇ ਆ। ਉਹ ਵੀਡੀਓ ਮੈਂ ਆਸੇ ਬਣਾ ਲਾ ਕੇ ਔਰਤਾਂ ਕੰਮ ਕਰਦੀਆਂ ਤਾਂ ਉਹ ਔਰਤਾਂ ਨੂੰ ਦਿਖਾਉਂਦਾ ਨਹੀਂ, ਅਤੇ ਔਰਤਾਂ ਹੀ ਸਾਰੀਆਂ ਮਿਰਚਾਂ ਤੋੜਦੀਆਂ। ਇਹ ਇੰਨੀ ਬਿਹਤਰੀ ਮਿਰਚ ਉੱਤਰੀ ਆ। ਦੂਸਰਾ ਕਿ ਇਹ ਕਈ ਫਸਲਾਂ ਲਾਈਆਂ ਹੋਈਆਂ, ਇਹ ਥੱਲੇ ਰੂਹਾਂ ਲਾਏ ਹੋਏ ਆ, ਇਹ ਨਾਲ ਬੰਨੇ ਨੇ ਰੂਹਾਂ ਲਾਏ ਹੋਏ ਆ, ਅੱਗੇ ਉਹ ਮੱਖੀ ਲੱਗੀ ਹੋਈ ਹੈ। ਕੋਈ ਖਾਦ ਨਹੀਂ, ਕੋਈ ਸਪਰੇ ਨਹੀਂ, ਸਿਰਫ ਬਰਮਿੰਗ ਕੰਪੋਜ ਪਾਉਂਦੇ ਆ। ਬਰਮਿੰਗ ਕੰਪੋਜ ਵੀ ਜਿਹੜਾ ਕੰਪੋਜ ਗੁਰੂਆਂ ਵਾਲਾ ਵਾ ਉਹ ਨਹੀਂ, ਇਹ ਆਪ ਉੱਥੇ ਇਕੱਠਾ ਕਰਕੇ ਅਤੇ ਉੱਤੇ ਗੁੜ ਜਾਂ ਉਹ ਪਾਣੀ ਗੁੜ ਸੀਰੇ ਦਾ ਪਾਣੀ ਛਿੜਕਾ ਕੇ ਅਤੇ ਉਹ ਬਣਾਉਂਦੇ ਆ, ਅਤੇ ਬੜਾ ਬਿਹਤਰੀਨ ਰਿਜ਼ਲਟ ਇਹਨਾਂ ਦਾ। ਔਰ ਬੜੀ ਅੱਛੀ ਪੈਦਾਵਾਰ ਆ। ਮੱਕੀ ਵੀ ਬੜੀ ਬਿਹਤਰੀਨ ਆ, ਅਤੇ ਔਰ ਮਿਰਚਾਂ ਵੀ ਬੜੀਆਂ ਬਿਹਤਰੀਨ ਆ, ਰੂਹਾਂ ਵੀ ਬੜੇ ਬਿਹਤਰੀਨ ਆ। ਤਿੰਨ ਫਸਲਾਂ ਲਾਈਆਂ ਹੋਈਆਂ, ਵਿੱਚ ਪਹਿਲਾਂ ਪਿਆਜ਼ ਲਾਇਆ ਹੋਇਆ ਸੀਗਾ, ਪਿਆਜ਼ ਉਹ ਪੱਟ ਲਿਆ ਪਹਿਲਾਂ, ਅਤੇ ਹੁਣ ਮਿਰਚਾਂ ਖੜੀਆਂ। ਤਾਂ ਦੇਖ ਲਓ ਮਿਰਚਾਂ ਕਿੱਦਾਂ ਦੀਆਂ ਹਰੀਆਂ, ਇਹ ਤੋੜ ਤੱਕ ਇੱਦਾਂ ਹੀ ਹਰੀਆਂ ਰਹਿੰਦੀਆਂ। ਇਹ ਬੈੱਡਾਂ 'ਤੇ ਲਾਈਆਂ ਸੀ ਸਾਰੀਆਂ ਮਿਰਚਾਂ, ਔਰ ਦੇਖੋ ਕੈਸਾ, ਚਾਰ ਚਾਰ ਲਾਈਨਾਂ ਲਾਈਆਂ ਹੋਈਆਂ, ਬੜੀਆਂ ਬਿਰੀਆਂ ਸੀਗੀਆਂ, ਹਰ ਬੂਟਾ ਇੱਕ ਇੱਕ ਫੁੱਟ 'ਤੇ ਸੀਗਾ, ਹੁਣ ਦੇਖ ਲਾ ਪੂਰਾ ਇਹਨੇ ਕਵਰ ਕਰ ਲਿਆ। ਮੇਰੀ ਦੁਆ ਵਾ ਵੀ ਸਾਡੇ ਪਾਕਿਸਤਾਨ ਦੇ ਜਿੰਨੇ ਵੀ ਕਿਸਾਨ ਆ, ਇਸ ਤਰ੍ਹਾਂ ਦੀ ਵਾਹੀ ਹੋਵੇ ਔਰ ਇਸ ਤਰ੍ਹਾਂ ਦੀ ਫਸਲਾਂ ਹੋਣ, ਅੱਲਾਹ ਤਾਲਾ ਜ਼ਰੂਰ ਇੱਕ ਦਿਨ ਆਸ ਮੁਰਾਦ ਪੂਰੀ ਕਰਨ ਦਾ ਕੋਸ਼ਿਸ਼ ਕਰੋ, ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਰੇ ਪਾਕਿਸਤਾਨ 'ਚ ਅਗਰ ਇਸ ਤਰ੍ਹਾਂ ਹੀ ਸਾਡੀ ਸਰਸਬਜ਼ ਇਲਾਕਾ ਹੋਵੇ ਤਾਂ ਸਾਡੇ ਬਾਰੇ ਬਾਰੇ ਨਿਆਰੇ ਹੋ ਜਾਣਗੇ।
ਇਹ ਸਾਰੀ ਮੱਖੀ ਲੱਗੀ ਆ। ਫਿਰ ਉਹ ਨਾਲ ਨਾ ਪਾਪੂਲਰ ਲਾਇਆ ਹੋਇਆ, ਇਹ ਸਾਰੇ ਦਰਖਤ ਨਜ਼ਰ ਆਉਂਦੇ, ਇਹ ਸਾਰੇ ਪਾਪੂਲਰ ਲਾਇਆ ਹੋਇਆ, ਸਾਰੇ ਪਾਸਿਓ ਕਿਸੇ ਨਾ ਕਿਸੇ ਪਾਸਿਓ ਕੰਮ ਆ ਸਹੀ ਆ। ਅਤੇ ਇਹ ਬੰਨਿਆਂ ਦੇ ਪਾਪੂਲਰ ਵੀ ਲਾ ਦਿਓ, ਦਰਖਤ ਵੀ ਕੰਮ ਆਏ। ਪਾਪੂਲਰ ਦੀ ਸਾਇਆ ਨਹੀਂ ਹੁੰਦਾ, ਮਤਲਬ ਬਹੁਤਾ ਫਸਲਾਂ ਨੂੰ ਸਾਇਆ ਨਹੀਂ ਦਿੰਦੇ, ਫਿਰ ਉਹ ਫਸਲਾਂ ਮਤਲਬ ਉਹਦੇ ਨਾਲ ਖਰਾਬ ਨਹੀਂ ਹੁੰਦੀਆਂ। ਪਾਪੂਲਰ ਦਾ ਫਾਇਦਾ, ਫਿਰ ਇਹਦੀ ਲੱਕੜ ਬਿਲਕੁਲ ਸਿੱਧੀ ਜਾਂਦੀ ਹੈ ਅਤੇ ਬੜਾ ਕੰਮ ਦਿੰਦੀ ਲੱਕੜ। ਬਸ ਇਹ ਆ ਕਿ ਔਰਗੈਨਿਕ ਜਿਹੜੀ ਆ ਖੇਤੀ ਕਰੋ, ਕੇਚੂਆ ਖਾਦ ਜਿਹੜੀਆਂ ਗਡੋਇਆਂ ਵਾਲੀਆਂ ਖਾਦਾਂ ਵਾ ਇਹ ਪਾਓ, ਅਤੇ ਇਹਦੇ ਨਾਲ ਜ਼ਮੀਨ ਵੀ ਤੁਹਾਡੀ ਅੱਛੀ ਹੋਏਗੀ, ਪੈਦਾਵਾਰ ਵੀ ਅੱਛੀ ਹੋਏਗੀ, ਆਪਣੀ ਸਿਹਤ ਵੀ ਬਚੇਗੀ ਤੁਹਾਡੀ, ਅਤੇ ਪੈਸਾ ਵੀ ਬਚੇਗਾ। ਅਤੇ ਇਹ ਜ਼ਰੂਰ ਕਰੋ। ਖੁਦਾ ਹਾਫਿਜ਼।